ਲੁਧਿਆਣਾ ਦੇ ਗਲਾਡਾ ਗਰਾਊਂਡ ਵਿਖੇ ਆਰੰਭ ਹੋਈ 4 ਦਿਨਾਂ ਮਹਿਕਮਾ ਐਕਸਪੋ ਦਾ ਉਦਘਾਟਨ ਕਰਨ ਪੁੱਜੇ ਸਨਅਤ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਬੈਟ ਨਾਲ ਸੰਬੰਧਿਤ ਮਾਮਲੇ ਜਿੱਥੇ ਨਾਲੋਂ ਨਾਲ ਨਿਪਟਾਏ ਜਾ ਰਹੇ ਹਨ, ਉੱਥੇ ਸਨਅਤਕਾਰਾਂ ਨੂੰ ਕਲਸਟਰ ਬਣਾ ਕੇ ਸਰਕਾਰੀ ਨੀਤੀਆਂ ਦਾ ਲਾਭ ਲੈਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਬੜੀ ਤੇਜ਼ੀ ਨਾਲ ਆਰਥਿਕ ਪੱਖੋਂ ਪੈਰਾਂ ਸਿਰ ਹੋ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇੱਕ ਮੁਸ਼ਤ ਯੋਜਨਾ ਵਨ ਟਾਈਮ ਸੈਟਲਮੈਂਟ ਸਕੀਮ ਦਾ ਵੇਰਵਾ ਦਿੰਦਿਆਂ ਕਿਹਾ ਹੈ ਕਿ ਇਹ ਯੋਜਨਾ ਬੰਦ ਪਈਆਂ ਅਤੇ ਬਿਮਾਰ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਈ ਸਿੱਧ ਹੋਵੇਗੀ। ਇਸ ਮੌਕੇ ਸਿਸੂ ਦੇ ਪ੍ਰਧਾਨ ਅਵਤਾਰ ਸਿੰਘ ਅਹੁਜਾ ਨੇ ਵੀ ਸਰਕਾਰ ਵੱਲੋਂ ਸਨਅਤਾਂ ਲਈ ਕੀਤੇ ਜਾ ਰਹੇ ਕਾਰਜਾਂ 'ਤੇ ਸੰਤੁਸ਼ਟੀ ਜਤਾਈ। ਐਗਜੀਬਿਸ਼ਨ ਕੇ ਬਾਰੇ ਮੈਂ ਤੋ ਮੈਨੇ ਬੋਲ ਦਿਆ, ਆਜ ਸਭੀ ਇੰਡਸਟਰੀ ਨੇ ਆਪਣੇ ਆਪਣੇ ਯਹਾਂ ਸਟਾਲ ਲਗਾਏ, ਬਹੁਤ ਅੱਛਾ ਲੱਗ ਰਿਹਾ ਹੈ। ਪਤਾ ਚੱਲ ਰਿਹਾ ਹੈ ਕਿ ਪੰਜਾਬ ਮੇਂ ਕਿਆ ਕਿਆ ਚੀਜ਼ ਬਣਤੀ ਹੈ ਔਰ ਕਿਤਨੇ ਕੰਟਰੀ ਕੋ ਸਪਲਾਈ ਹੋਤੀ ਹੈ। ਬਾਹਰ ਬਾਹਰ ਸੇ ਇਨਵੈਸਟਰ ਵੀ ਆਏ ਹੋਏ ਹੈ। ਲੁਧਿਆਣਾ ਜੋ ਇੱਕ ਸਮੇਂ ਇੰਡਸਟਰੀ ਯਹਾਂ ਸੇ ਬਾਹਰ ਚਲੀ ਗਈ ਸੀ, ਅਬ ਪੰਜਾਬ ਕੀ ਐਸੀ ਇੰਡਸਟਰੀ ਪਾਲਿਸੀ ਆਈ ਹੈ ਕਿ ਸਾਰੀ ਇੰਡਸਟਰੀ ਬਾਹਰ ਸੇ ਵਾਪਸ ਪੰਜਾਬ ਮੇਂ ਆ ਰਹੀ ਹੈ ਔਰ ਪੰਜਾਬ ਕੀ ਇੰਡਸਟਰੀ ਪ੍ਰਫੁੱਲਿਤ ਹੋ ਰਹੀ ਹੈ, ਅਨਇੰਪਲਾਇਮੈਂਟ ਖਤਮ ਹੋ ਰਹੀ ਹੈ ਔਰ ਪਤਾ ਚਲਦਾ ਹੈ ਕਿ ਪੰਜਾਬ ਕੀ ਇਸ ਇੰਡਸਟਰੀ ਦੁਆਰਾ ਪੈਰੋਂ ਪੇ ਆ ਗਈ। ਇਹ ਚੈਂਬਰ ਵੱਲੋਂ ਜਿਹੜੀ ਐਗਜੀਬਿਸ਼ਨ ਲਗਾਈ ਗਈ ਮਹਿਕਮਾ ਐਕਸਪੋ, ਇਹਦਾ ਪਰਪਸ ਇਹ ਹੈ ਵੀ ਜਿਹੜੀ ਲੁਧਿਆਣੇ ਦੇ ਬਣੇ ਪ੍ਰੋਡਕਟ ਹੈ ਉਹ ਲੋਕਾਂ ਨੂੰ ਦਿਖਾਏ ਜਾਣ, ਦੂਜੇ ਪਾਸੇ ਜਿਹੜੀਆਂ ਬਾਹਰ ਦੀਆਂ ਟੈਕਨੋਲੋਜੀਜ਼ ਹੈ ਉਹਨਾਂ ਨੂੰ ਐਕਸਪੋਜ਼ ਕੀਤਾ ਜਾਏ ਲੁਧਿਆਣੇ 'ਚ, ਤਾਂ ਕਿ ਲੁਧਿਆਣੇ ਦੀ ਇੰਡਸਟਰੀ ਹੈ ਜਿਹੜੀ ਉਹ ਐਡਵਾਂਸ ਹੋ ਸਕੇ, ਸਿਸਟਮ ਓਰੀਐਂਟਿਡ ਹੋ ਸਕੇ ਅਤੇ ਤਰੱਕੀ ਕਰ। ਸਾਡੀਆਂ ਜਿਹੜੀਆਂ ਡਿਮਾਂਡ ਹੈ ਜਿਵੇਂ ਫੋਕਲ ਪੁਆਇੰਟ ਦਾ ਇਨਫਰਾਸਟ੍ਰਕਚਰ ਇੰਪਰੂਵ ਕਰਨ ਬਾਰੇ ਅਤੇ ਐਗਜੀਬਿਸ਼ਨ ਸੈਂਟਰ ਬਾਰੇ, ਉਹ ਸਾਡੀ ਰੈਗੂਲਰ ਡਿਟੇਲ ਡਿਸਕਸ਼ਨ ਹੁੰਦੀ ਰਹਿੰਦੀ ਹੈ ਅਤੇ ਉਹ ਹੁਣ ਬਲਿਊ ਪ੍ਰਿੰਟ ਤਿਆਰ ਹੋ ਰਿਹਾ ਐਗਜੀਬਿਸ਼ਨ ਗਰਾਊਂਡ ਦਾ, ਵੀ ਕੀਪ ਔਨ ਹੈਮਰਿੰਗ। ਮੈਨੂੰ ਉਮੀਦ ਹੈ ਵੀ ਜਲਦੀ ਤੋਂ ਜਲਦੀ ਤਿਆਰ ਹੋ ਜਾਏਗਾ। ਹਾਂ, ਗੌਰਮੈਂਟ ਦੀ ਇੰਡਸਟਰੀ ਪਾਲਿਸੀ ਥੋੜ੍ਹੇ ਬਹੁਤੇ ਜਿਹੜੇ ਹਿਕਅਪਸ ਹੈ ਉਹ ਸਾਡੀ ਡਿਸਕਸ਼ਨ ਚੱਲ ਰਹੀ ਹੈ ਅਤੇ ਉਹ ਜਲਦੀ ਇੰਪਰੂਵ ਹੋ ਜਾਏਗਾ। ਜਿਹੜੇ ਐਗਜੀਬਿਟਰ ਹੈ ਉਹ ਜਪਾਨ ਤੋਂ, ਚਾਈਨਾ ਤੋਂ ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ 'ਚੋਂ ਆਏ ਹੈ, ਜਰਮਨੀ ਤੋਂ ਵੀ ਆਏ ਹੈ ਅਤੇ ਅੱਜ ਸਾਡੇ ਕੋਲ 3 ਅੰਬੈਸੀਡਰਸ ਆਏ ਹੈ। ਉਹਦਾ ਪਰਪਸ ਇਹ ਹੈ ਵੀ ਜਿਹੜੀ ਲੁਧਿਆਣੇ ਦੀ ਐਕਸਪੋਰਟ ਹੈ ਜ਼ਿਆਦਾ ਅਫਰੀਕਨ ਕੰਟਰੀਜ਼ ਨੂੰ ਹੈ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਐਕਸਪੋਰਟ ਕਿੱਦਾਂ ਵਧਾਈ ਜਾਵੇ। ਤਕਰੀਬਨ 20,000 ਦੇ ਕਰੀਬ ਵਿਜ਼ਟਰ ਆਉਣਗੇ, 4 ਦਿਨ ਐਗਜੀਬਿਸ਼ਨ ਚੱਲੇਗੀ ਅਤੇ ਜਿਹੜੇ ਪ੍ਰੋਡਕਟਸ ਹੈ ਕਾਫੀ ਲੋਕਾਂ 'ਚ ਉਤਸ਼ਾਹ ਹੈਗਾ, ਚਾਹੇ ਉਹ ਐਗਜੀਬਿਟਰ ਹੈ ਚਾਹੇ ਉਹ ਵਿਜ਼ਟਰ ਹੈ। ਇਹਦੇ ਨਵੇਂ ਰੋਬੋਟਸ ਹੈ ਜਿਹੜੇ ਜਿਵੇਂ ਕਿ ਇੰਡਸਟਰੀ ਆਟੋਮੋਸ਼ਨ ਨਾਲ ਜਾ ਰਹੀ ਹੈ ਅਤੇ ਕਾਫੀ ਜ਼ਿਆਦਾ ਰੋਬੋਟਸ ਹੈ। ਇਸ ਤੋਂ ਇਲਾਵਾ ਇੱਦਾਂ ਦੇ ਕੈਮੀਕਲ ਹੈ ਜਿਹਦੇ ਨਾਲ ਪਲੇਟਿੰਗ ਕੀਤੀ ਜਾ ਸਕਦੀ ਹੈ ਬਿਨਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ। ਇੰਡੀਅਨ ਇਹਦੇ ਦੇਖੋ ਜਿਵੇਂ ਸਪੇਸ ਦਾ ਕੰਸਟੇਨ ਹੈ, ਪਾਇਨੀਅਰ ਨੇ ਲਿਫਟ ਲਾਈ ਹੈ ਜਿਹਦੇ ਨਾਲ ਤੁਸੀਂ 4 ਕਾਰਾਂ ਘਰ 'ਚ ਥੋੜ੍ਹੀ ਜਿਹੀ ਜਗ੍ਹਾ 'ਚ ਖੜੀ ਕਰ ਸਕਦੇ ਹੋ। ਇੱਦਾਂ ਦੇ ਹੋਰ ਬਹੁਤ ਸਾਰੇ ਰੋਬੋਟਸ ਹੈ ਜਿਹਦੇ ਨਾਲ ਤੁਸੀਂ ਵੈਲਡਰ ਦੀ ਲੋੜ ਨਹੀਂ, ਕਿਉਂਕਿ ਜਦੋਂ ਲੇਬਰ ਸ਼ਾਰਟੇਜ ਹੁੰਦੀ ਹੈ ਵੈਲਡਰ ਨਹੀਂ ਮਿਲਦੇ। ਰੋਬੋਟਸ 'ਤੇ ਕਾਫੀ ਜ਼ਿਆਦਾ ਆਪਣਾ ਜ਼ੋਰ ਹੈ। ਕਈ ਛੋਟੀਆਂ ਕੰਪਨੀਆਂ ਜਿਹੜੇ ਛੋਟੇ ਛੋਟੇ ਉਦਯੋਗ ਲਗਾਉਣਾ ਚਾਹੁੰਦੇ ਉਹ 10 ਲੱਖ ਦੀ ਇਨਵੈਸਟਮੈਂਟ ਕਰਕੇ ਛੋਟੇ ਉਦਯੋਗ ਲਗਾ ਸਕਦੇ ਅਤੇ ਹੋਰ ਕਾਫੀ ਜ਼ਿਆਦਾ ਨਵੇਂ ਪ੍ਰੋਡਕਟ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।